ਸਾਰੇ ਇਤਿਸ਼ਕਾਂ ਦਾ ਬ੍ਰਿਕ ਟੂਵਾ ਦੇ ਕੁਆਰਟਰ ਤੋਂ ਸਵਾਗਤ ਹੈ ਸੈਗਮੈਂਟ ਪ੍ਰਾਈਮ ਅਨਾਲਿਸਿਸ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਸੀ ਦੇਸ਼ ਵਿਦੇਸ਼ ਦੇ ਕੁਝ ਉਹਨਾਂ ਮੁੱਦਿਆਂ ਨੂੰ ਛੂਕੇ ਉਸ ਤੇ ਵਿਚਾਰ ਕਰੀਏ ਜਿਨ੍ਹਾਂ ਦਾ ਸਾਡੇ ਜੀਵਨ ਤੇ ਸਿੱਧੇ ਜਾਂ ਸਿੱਧੇ ਤਰੀਕੇ ਕੋਈ ਨਾ ਕੋਈ ਅਸਰ ਜ਼ਰੂਰ ਹੁੰਦਾ ਅੱਜ ਦੇ ਸੈਗਮੈਂਟ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਤੇ ਰੂਸ ਦੇ ਸਬੰਧਾਂ ਦੇ ਬਾਰੇ ਕੈਨੇਡਾ ਨੇ ਰੂਸੀ ਨਾਗਰਿਕਾਂ ਉਤੇ ਕੁਝ ਰੋਕਾਂ ਲਾਈਆਂ ਹਨ ਜਿਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਅਸੀਂ ਗੱਲ ਕਰਾਂਗੇ ਆਪਣੇ ਪ੍ਰਾਈਮ ਵਿਸ਼ਲੇਸ਼ਕ ਡਾਕਟਰ ਪ੍ਰਥਪਾਲ ਸਿੰਘ ਸੋਹਿਤ ਦੇ ਨਾਲ ਡਾਕਟਰ ਤੁਹਾਡਾ ਬਹੁਤ ਸਵਾਗਤ ਹੈ। ਸੋ ਕਾਫੀ ਚਰਚਾ ਚੱਲ ਰਹੀ ਹੈ ਕਿ ਕੈਨੇਡਾ ਨੇ ਰੂਸੀ ਨਾਗਰਿਕਾਂ ਉੱਤੇ ਕੁਝ ਰੋਕਾਂ ਲਾਈਆਂ ਨੇ। ਅਜੇ ਇਹ ਪਹਿਲੀ ਵਾਰ ਨਹੀਂ ਹੋਇਆ। ਪਹਿਲਾਂ ਵੀ ਕੰਜ਼ਰਵੇਟਿਵ ਸਰਕਾਰ ਵੱਲੇ ਵੇਖਿਆ ਗਿਆ। ਅਜੇ ਹ ਕੁਝ ਹੋਇਆ ਸੀ। ਇਹ ਰੋਕਾ ਪਹਿਲਾਂ ਵਾਲੀਆਂ ਨੇ ਕਿ ਕੁਝ ਨਵੀਆਂ ਰੋਕਾਂ ਲਾਈਆਂ ਗਈਆਂ ਨੇ। ਹਾਂ ਜੀ ਰਾਜੀ ਪਹਿਲੀ ਗੱਲ ਤਾਂ ਜਿਹੜੀਆਂ ਕੰਜ਼ਰਵੇਟਿਵ ਸਰਕਾਰ ਨੇ ਰੋਕਾਂ ਲਾਈਆਂ ਸੀ ਉਸ ਵੇਲੇ ਮਾਹੌਲ ਹੋਰ ਸੀ। ਜੀ ਤੇ ਹੁਣ ਮਾਹੌਲ ਹੋਰ ਹੈ। 2014 ਅਗਸਤ ਦੇ ਵਿੱਚ ਜਿਹੜੀਆਂ ਕੰਜ਼ਰਵੇਟਿਵ ਸਰਕਾਰ ਨੇ ਰੂਸ ਦੇ ਨਾਗਰਿਕਾਂ ਤੇ ਰੋਕਾਂ ਲਾਈਆਂ ਸੀ ਉਹਨਾਂ ਨੇ ਕੋਈ ਚੁਆਇਸ ਕੀਤੀ ਸੀ ਕਿ ਉਹਨਾਂ ਨੇ ਵੀ ਦੋ ਪੜਾ ਸੀਗੇ ਇੱਕ 19 ਨਾਗਰਿਕਾਂ ਤੇ ਵੱਖਰੀ ਲਾਈ ਸੀ ਫਿਰ 22 ਨਾਗਰਿਕ ਹੋਰ ਚੁਣੇ ਉਹਦੇ ਤੇ ਵੱਖਰੀਆਂ ਲਾਈਆਂ ਸੀ ਉਹਨਾਂ ਨਾਗਰਿਕਾਂ ਦੇ ਵਿੱਚ ਕੁਝ ਰੂਸ ਦੇ ਨਾਗਰਿਕ ਸੀ ਤੇ ਕੁਝ ਯੂਕਰੇਨ ਦੇ ਵੇ ਨਾਗਰਿਕ ਸੀ ਜਿਹੜੇ ਕਿ ਰੂਸ ਨਾਲ ਸੰਬੰਧ ਰੱਖਦੇ ਸੀ ਉਦੋਂ ਵੀ ਇਹ ਰੋਕਾਂ ਲਾਈਆਂ ਗਈਆਂ ਸੀ ਨਾਲ ਦੀ ਨਾਲ ਰਸ਼ੀਆ ਦੀਆਂ ਕੁਝ ਬੈਂਕਾਂ ਤੇ ਵੀ ਰੋਕਾਂ ਲਾਈਆਂ ਸੀ ਉਸ ਟਾਈਮ ਦੇ ਉੱਤੇ ਕੁਝ 에어ਲਾਈਨ ਦੇ ਉੱਤੇ ਵੀ ਰੋਕਾਂ ਲਾਈਆਂ ਸੀ ਕਈ ਵਿਅਕਤੀਆਂ ਤੇ ਇੱਥੇ ਬਿਜ਼ਨਸ ਕਰਨ ਦੇ ਉੱਤੇ ਵੀ ਰੋਕਾਂ ਲੱਗੀਆਂ ਸੀ ਜੀ ਤਾਂ ਹੁਣ ਜਿਹੜੀ ਐਡੀਸ਼ਨ ਹੈ ਇੱਕ ਤਰ੍ਹਾਂ ਦੀ ਇਹ ਪੁਰਾਣੇ ਦੇ ਵਿੱਚ ਇਹਨਾਂ ਨੇ 15 ਵਿਅਕਤੀਆਂ ਤੇ ਰੋਕਾਂ ਲਾਈਆਂ ਨੇ ਟਰੂਡੋ ਗਵਰਨਮੈਂਟ ਨੇ ਉਹਨਾਂ 15 ਵਿਅਕਤੀਆਂ ਦੇ ਦੋ ਕਿਸਮ ਦੀਆਂ ਪਾਬੰਦੀਆਂ ਨੇ ਇੱਕ ਤਾਂ ਇਹ ਕਿ ਉਹਨਾਂ ਦੇ ਜਿਹੜੇ ਕੈਨੇਡਾ ਦੇ ਵਿੱਚ ਐਸੈਟਸ ਨੇ ਜਿਹੜੀ ਵੀ ਜਾਇਦਾਦ ਹੈ ਇੱਥੇ ਉਹਨਾਂ ਦੀ ਚਾਹ ਬੈਂਕਾਂ ਦੇ ਵਿੱਚ ਹੈ ਚਾਹ ਰੀਅਲ ਏਸਟੇਟ ਦੇ ਵਿੱਚ ਹੈ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਹੋਏ ਨੇ ਕਿ ਇਹਨੂੰ ਜਬਤ ਕਰ ਦਿਓ ਇੱਕ ਤਰ੍ਹਾਂ ਦੇ ਨਾਲ ਜੀ ਦੂਜਾ ਇਹ ਉਹਨਾਂ ਦੀ ਉਹਨਾਂ 15 ਨਾਗਰਿਕਾਂ ਨੂੰ ਇੱਥੇ ਬਿਜ਼ਨਸ ਡੀਲਿੰਗਸ ਕਰਨ ਤੇ ਵੀ ਰੋਕ ਲੱਗੀ ਹੈ ਉਹ ਨਹੀਂ ਕਰ ਸਕਣਗੇ ਇੱਥੇ ਬਿਜ਼ਨਸ ਡੀਲਿੰਗ ਕਿਸੇ ਵੀ ਤਰ੍ਹਾਂ ਦੀ ਹੁਣ ਉਹ 15 ਨਾਗਰਿਕਾਂ ਦੇ ਵਿੱਚੋਂ ਕਿੰਨੇ ਇਕ ਦੀਆਂ ਜਾਇਦਾਦਾਂ ਤੇ ਹੈਗੀਆਂ ਕਿੰਨੇ ਇਕ ਦੀਆਂ ਨਹੀਂ ਹੈਗੀਆਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਵੱਖਰਾ ਪ੍ਰਸ਼ਨ ਬਣ ਜਾਂਦਾ ਹੈ ਕਿਉਂਕਿ ਅਜਿਹਾ ਵੀ ਪੋਸਿਬਿਲਿਟੀ ਹੈ ਕਿ ਉਹਦੇ ਵਿੱਚੋਂ ਬਹੁਤ ਸਾਰਿਆਂ ਦੀਆਂ ਇੱਥੇ ਜਾਇਦਾਦਾਂ ਹੋਣ ਹੀ ਨਾ ਇੱਕ ਆਧਾਰਨਜ ਵੀ ਮਿਲੀ ਹੈ ਜਿਹੜੀ ਉਹਨਾਂ ਦੀ ਏਜੰਸੀ ਹੈ ਰੂਸ ਵਾਲਿਆਂ ਦੀ ਤਾਸ ਏਜੰਸੀ ਹੈ ਬੜੀ ਵੱਡੀ ਨਿਊ ਏਜੰਸੀ ਹੈ ਉਹਨਾਂ ਨੇ ਜਿਹੜੀ ਖਬਰ ਦਿੱਤੀ ਹੈ ਕਿ ਜਿਹੜਾ ਕ੍ਰੀਮੀਆਂ ਦਾ ਨਾ ਉਹਨਾਂ ਦਾ ਪ੍ਰੀਮੀਅਰ ਸੀਗਾ ਸਾਬਕਾ ਪ੍ਰੀਮੀਅਰ ਇੱਕ ਤਰ੍ਹਾਂ ਦਾ ਉਹ ਉਹਦੇ ਤੇ ਵੀ ਰੋਕ ਲੱਗੀ ਹੈ ਉਹਨਾਂ ਚ ਮੈਂਬਰਾਂ ਦੇ ਵਿੱਚ 6 ਮੈਂਬਰ ਨੇ ਜਿਹੜੇ ਕ੍ਰਮੀਆਂ ਦੇ ਰੂਟ ਦੀ ਡੋਮਾ ਦੇ ਮੈਂਬਰ ਬਣੇ ਨੇ ਪਵਨੋ ਦੀ ਨੈਸ਼ਨਲ ਅਸੈਂਬਲੀ ਦੇ ਉਹਨਾਂ ਚ ਉਹ ਵੀ ਇੱਕ ਹੈ ਉਹਦੇ ਤੇ ਰੋਕ ਲੱਗੀ ਹੈ ਉਹਨੂੰ ਪੁੱਛਿਆ ਗਿਆ ਪੱਤਰਕਾਰਾਂ ਦੁਆਰਾ ਕਿ ਤੁਹਾਡੇ ਤੇ ਰੋਕ ਲੱਗੀ ਹੈ ਉਹ ਕਹਿੰਦੇ ਮੈਨੂੰ ਇਹਦੇ ਨਾਲ ਕੀ ਫਰਕ ਪੈਂਦਾ ਵੀ ਨਾ ਮੇਰਾ ਉੱਥੇ ਕੋਈ ਬੈਂਕ ਅਕਾਊਂਟ ਹੈ ਨਾ ਉੱਥੇ ਮੇ ਕੋਈ ਰੀਅਲ ਏਸਟੇਟ ਹੈ ਮੇਰੇ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਇਸ ਮਸਲੇ ਦੇ ਉੱਤੇ ਤਾਂ ਇੱਕ ਤਾਂ ਇਹ ਹੈ ਦੂਜੀ ਇਹਦੀ ਚਿਕ ਇਲੋਚਨਾ ਵੀ ਹੈ ਜੀ ਐਨਡੀਪੀ ਇਹ ਇਲੋਚਨਾ ਵੀ ਕਰ ਰਹੀ ਹੈ ਕਿ ਜਿਹੜੀਆਂ ਰੋਕਾਂ ਲਈਆਂ ਗਈਆਂ ਨੇ ਇਹ ਦਿਖਾਵਾ ਜਿਆ ਜਾ ਰਿਹਾ ਹੈ ਇਹਦੇ ਚ ਅਸਲੀਅਤ ਘਟ ਹੈ ਪ੍ਰੈਕਟੀਕਲ ਨਹੀਂ ਹੈਗੇ ਪ੍ਰੈਕਟੀਕਲ ਨਹੀਂ ਹੈਗੀਆਂ ਜਾਂ ਜਿਹੜੇ ਵਿਅਕਤੀਆਂ ਤੇ ਲਾਉਣੀਆਂ ਚਾਹੀਦੀਆਂ ਸੀ ਉਹਨਾਂ ਤੇ ਨਹੀਂ ਲਾਈਆਂ ਗਈਆਂ ਉਹਨਾਂ ਨੇ ਦੋ ਵਿਅਕਤੀਆਂ ਦੇ ਹੋਰ ਨਾਮ ਦਿੱਤੇ ਹੈ ਜਿਹੜੇ ਕਿ ਰੂਸ ਦੇ ਵਿੱਚ ਬੜੀਆਂ ਇੰਪੋਰਟੈਂਟ ਪੋਸਟਾਂ ਯੂਨਾਈਟਿਡ ਸਟੇਟਸ ਨੇ ਪਹਿਲਾਂ ਹੀ ਬਲੈਕਲਿਸਟ ਕੀਤਾ ਹੋਇਆ ਉਹਨਾਂ ਦੋ ਵਿਅਕਤੀਆਂ ਦੀ ਵੀ ਇੱਕ ਤਰ੍ਹਾਂ ਦਾ ਨਾ ਆਉਂਦਾ ਸੀ ਪਹਿਲਾਂ ਕਿ ਇਹਨਾਂ ਤੇ ਰੋਕਾਂ ਲੱਗਣੀਆਂ ਚਾਹੀਦੀਆਂ ਉਹਨਾਂ ਤੇ ਨਾ ਪੁਰਾਣੀ ਕਨਜ਼ਰਵੇਟਿਵ ਸਰਕਾਰ ਨੇ ਰੋਕਾਂ ਲਾਈਆਂ ਸੀ ਜੀ ਤੇ ਨਾ ਹੀ ਵਰਤਮਾਨ ਸਰਕਾਰ ਨੇ ਰੋਕਾਂ ਲਾਈਆਂ ਨੇ ਟਰੂਡੋ ਨੇ ਕਿਉਂ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਕੈਨੇਡਾ ਦੇ ਨਾਲ ਕਾਫੀ ਬਿਜ਼ਨਸ ਡੀਲਿੰਗਸ ਹੈਗੀਆਂ ਹੂੰ ਇਹ ਤਾਂ ਇਹ ਵੀ ਲੱਗਦਾ ਹੈ ਕਿ ਰੋਕਾਂ ਕਈ ਵਾਰੀ ਹੋ ਸਕਦਾ ਦਿਖਾਵਾ ਮਾਤਰ ਜੀਆਂ ਹੋਣ ਇੰਟਰਨੈਸ਼ਨਲ ਪ੍ਰੈਸ਼ਰ ਦੇ ਦੀਆਂ ਕਈ ਤਰ੍ਹਾਂ ਦੀਆਂ ਲਾਈਆਂ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਰੋਕਾਂ ਨੇ ਜਿਹੜੀਆਂ ਕਿ ਇਹਨਾਂ 15 ਨਾਗਰਿਕਾਂ ਦੇ ਉੱਤੇ ਲਾਈਆਂ ਗਈਆਂ ਇਹ ਨਾਗਰਿਕ ਕੋਈ ਸਰਕਾਰੀ ਅਧਿਕਾਰੀ ਆ ਡਿਪਲੋਮੈਟਸ ਨਹੀਂ ਆਮ ਲੋਕ ਨੇ ਇਹਦੇ ਚ ਪ੍ਰਾਈਵੇਟ ਬਿਜ਼ਨਸਮੈਨ ਵੀ ਹੋ ਸਕਦੇ ਨੇ ਤਾਂ ਮੋਸਟਲੀ ਪਰ ਇਹ ਸਰਕਾਰੀ ਵਿਅਕਤੀ ਨੇ ਜਾਂ ਸਰਕਾਰੀ ਅਹੁਦਿਆਂ ਦੇ ਉੱਤੇ ਮ੍ਰਿਜਮਾਨ ਲੋਕ ਡਾਕਟਰ ਸਾਹਿਬ ਕਾਰਨ ਕੀ ਬਣਿਆ ਰੋਕਾਂ ਲਾਈਆਂ ਕਿਉਂ ਗਈਆਂ ਨੇ ਹਾਂ ਜੀ ਗ੍ਰੇਟ ਇਹ ਇਹ ਅਸਲੀ ਇੰਪੋਰਟੈਂਟ ਗੱਲ ਹੈ ਕਿ ਇਹਨਾਂ ਨੇ ਰੋਕਾਂ ਲਾਈਆਂ ਕਿਉਂ ਨੇ ਅਸੀਂ ਪਿਛਲੇ ਕੁ ਸਮੇਂ ਦੇ ਵਿੱਚ ਦੇਖਦੇ ਰਹੇ ਹਾਂ ਕਿ ਟਰੂਡੋ ਦੀ ਗਵਰਨਮੈਂਟ ਬਣਨ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਅਸੀਂ ਰੂਸ ਵਾਲਿਆਂ ਨਾਲ ਚੰਗੇ ਸਬੰਧ ਸਥਾਪਿਤ ਕਰਾਂਗੇ ਫਿਰ ਰੋਕਾਂ ਕਿਉਂ ਲਾਈਆਂ ਗਈਆਂ ਹੁਣ ਰੋਕਾ ਲਾਉਣ ਦੇ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਜਿਹੜਾ ਰੂਸ ਅਤੇ ਕੈਨੇਡਾ ਦੋ ਵੱਖਰੇ ਵੱਖਰੇ ਧੜਿਆਂ ਦੇ ਵਿੱਚ ਖ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਜਦੋਂ ਪੁਰਾਣਾ ਸੋਵੀਅਤ ਯੂਨੀਅਨ ਹੁੰਦਾ ਸੀ 1991 ਦੇ ਵਿੱਚ ਟੁੱਟ ਗਿਆ ਉਦੋਂ ਤਾਂ ਚਲੋ ਸਾਹਮਣੇ ਆਉਂਦਾ ਸੀ ਸਾਡੇ ਕਿ ਕੋਲਡ ਵਾਰ ਦਾ ਯੁੱਗ ਚੱਲਦਾ ਹੈ ਜੀ ਠੰਡੀ ਜੰਗ ਦੇ ਵਿੱਚ ਕਮਿਊਨਿਸਟ ਕੰਟਰੀ ਇੱਕ ਪਾਸੇ ਸੀ ਕੈਪਟਲਿਸਟ ਡੈਮੋਕ੍ਰੇਸੀ ਜੀ ਦੂਜੇ ਪਾਸੇ ਸੀ ਦੋ ਧੜੇ ਸੀ ਦੋਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜਦੇ ਸੀ ਸਾਰੇ ਹੀ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਾਂ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਵਿੱਚ ਜੁਆਇਟਿਡ ਨੇਸ਼ਨਸ ਦੇ ਵਿੱਚ ਜੀ ਹੁਣ ਤਾਂ ਕੋਲਡ ਵਾਰ ਦਾ ਯੁੱਗ ਨਹੀਂ ਰਿਹਾ 1991 ਦੇ ਵਿੱਚ ਕੋਲਡ ਵਾਰ ਟੁੱਟ ਗਈ ਉਸ ਤੋਂ ਬਾਅਦ ਰੂਸ ਜੀ8 ਦਾ ਮੈਂਬਰ ਵੀ ਬਣ ਗਿਆ ਉੱ ਤਤਪਤ ਹੋ ਗਈ ਉਦੋਂ ਬਾਅਦ ਹੁਣ ਫੇਰ ਇਸ ਤਰ੍ਹਾਂ ਦੀ ਪੋਜੀਸ਼ਨ ਬਣ ਗਈ ਤਾਂ ਇਹ ਜਿਹੜੀਆਂ ਰੋਕਾਂ ਨੇ ਜਿਹੜੀਆਂ ਲਾਈਆਂ ਨੇ ਕੈਨੇਡਾ ਨੇ ਮੁੱਖ ਇਹਦੇ ਵਿੱਚ ਰੀਜਨ 2 ਦੱਸੇ ਗਏ ਨੇ ਇੱਕ ਤਾਂ ਇਹ ਕਿ ਜੋ ਕਰੀਮੀਆ ਦੇ ਉੱਤੇ ਕੰਟਰੋਲ ਕੀਤਾ ਸੀ ਉਸ ਟਾਈਮ ਦੇ ਉੱਤੇ ਰੂਸ ਨੇ 2014 ਦੇ ਵਿੱਚ ਕ੍ਰੀਮੀਆ ਇੱਕ ਪੁਰਾਣੀ ਸਟੇਟਸ ਸੀ ਇਹਨਾਂ ਦੀ ਹੋਈ ਸੀ ਪਹਿਲਾਂ ਰੂਸ ਦੇ ਵਿੱਚ ਸੋਵੀਅਤ ਯੂਨੀਅਨ ਦਾ ਇੱਕ ਪਾਰਟ ਹੁੰਦੀ ਸੀ ਜੀ ਬਾਅਦ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਹ ਯੂਕਰੇਨ ਦੇ ਨਾਲ ਚਲੀ ਗਈ ਤਾਂ ਉਹ ਯੂਕਰੇਨ ਦਾ ਇੱਕ ਆਟੋਨਮਸ ਇਰੀਜੈਂਸੀ ਸਾਊਥ ਦੇ ਖੇਤਰ ਦੇ ਵਿੱਚ ਟਾਪੂ ਨੁਮਾ ਇੱਕ ਛੋਟਾ ਜਿਹਾ ਸੂਬਾ ਕਹਿ ਸਕਦੇ ਆਪਾਂ ਜੀ ਉੱਥੇ 2014 ਦੇ ਵਿੱਚ ਰੂਸ ਵਾਲਿਆਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਉੱਥੇ ਪਹਿਲਾਂ ਧਰਮ ਯੁੱਧ ਜਾਂ ਚੱਲੇ ਇੱਕ ਟਾਈਮ ਦਾ ਸਿਵਲ ਵਾਰ ਉਸ ਲੜਾਈ ਦੇ ਵਿੱਚ ਉਹਨਾਂ ਨੇ ਇੰਡੀਪੈਂਡੈਂਸ ਪ੍ਰਾਪਤ ਕਰ ਲਈ ਉਸ ਤੋਂ ਬਾਅਦ ਉਹ ਕਦੇ ਰੂਸ 'ਚ ਰਲਣਾ ਤੇ ਰੂਸ ਪਤਾ ਪਾਸ ਕਰਕੇ ਰੂਸ ਵਾਲਿਆਂ ਦੇ ਤਾਂ ਉਹਨਾਂ ਦੀ ਪਾਰਲੀਮੈਂਟ ਨੇ ਕਰਤਾ ਉਹਨਾਂ ਨੇ ਫੌਜਾਂ ਭੇਜਤੀਆਂ ਤੇ ਕੰਟਰੋਲ ਹੋ ਗਿਆ ਜਿੰਨਾ ਵੀ ਵੈਸਟਰਨ ਵਰਲਡ ਹੈ ਜੀ ਇਹ ਤਾਂ ਕਹਿੰਦੇ ਨੇ ਕਿ ਇਹਨਾਂ ਨੇ ਕ੍ਰੀਮੀਆ ਦੇ ਉੱਤੇ ਕਬਜ਼ਾ ਕਰ ਲਿਆ ਉਹਨੂੰ ਹੜੱਪ ਲਿਆ ਹੂੰ ਕ੍ਰੀਮੀਆਂ ਦੇ ਲੋਕ ਕਹਿੰਦੇ ਨੇ ਕਿ ਅਸੀਂ ਆਪਣੇ ਆਪ ਗਏ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਸੀ ਉਹ ਕਰੋਲਿਆ ਦੀ ਪੋਜੀਸ਼ਨ ਹੋ ਗਈ ਹੁਣ ਵੈਸਟਰਨ ਬਰਡੇ ਕਹਿੰਦਾ ਕਿ ਕ੍ਰੀਮੀਆਂ ਤੇ ਇਹਨਾਂ ਨੇ ਕੰਟਰੋਲ ਕੀਤਾ ਕੈਨੇਡਾ ਵੀ ਕਹਿੰਦਾ ਕੈਨੇਡਾ ਇਹ ਕਹਿੰਦਾ ਕਿ ਕਿਉਂਕਿ ਕ੍ਰੀਮੀਆਂ ਦੇ ਉੱਤੇ ਨੇ ਗਲਤ ਕੰਟਰੋਲ ਕੀਤਾ ਸੀ ਇਲੀਗਲ ਸੀ ਇਸ ਕਰਕੇ ਅਸੀਂ 2014 ਚ ਰੋਕਾਂ ਲਾਈਆਂ ਸੀ ਹੁਣ ਫੇਰ ਉਸੇ ਕੰਟੀਨਿਉਟੀ ਦੇ ਵਿੱਚ ਹੁਣ ਫੇਰ ਰੋਕਾਂ ਲਾ ਰਹੇ ਹਾਂ ਦੂਜਾ ਪੱਖ ਜਿਹੜਾ ਯੂਕਰੇਨ ਹੈ ਯੂਕਰੇਨ ਵੀ ਕਿਉਂਕਿ ਪੁਰਾਣੀ ਸਟੇਟ ਹੈ ਇੱਕ ਤਰ੍ਹਾਂ ਦੀ ਸੋਵੀਅਤ ਯੂਨੀਅਨ ਦੀ ਪਰ ਇਹ ਨਾ ਰਸ਼ੀਆ ਦੇ ਨਾਲ ਉਹਦੀ ਹੱਥ ਲੱਗਦੀ ਹੈ ਉਹਦਾ ਜਿਹੜਾ ਈਸਟ ਤੇ ਸਾਊਥ ਪਾਰਟ ਹੈ 파ਰਟ ਹੈ ਉਸ ਪਾਰਟ ਦੇ ਵਿੱਚ ਬਹੁਤ ਸਾਰੇ ਰੈਬੇਲਿਅਸ ਮੂਵਮੈਂਟਸ ਉੱਠੀਆਂ ਹੋਈਆਂ ਨੇ ਵੱਖਵਾਦੀ ਮੂਵਮੈਂਟਸ ਨੇ ਜਿਹੜੀਆਂ ਕਿ ਯੂਕਰੇਨ ਨਾਲੋਂ ਵੱਖਰਾ ਹੋਣਾ ਚਾਹੁੰਦੀਆਂ ਨੇ ਬਿਲਕੁਲ ਓਵੇਂ ਜਿਵੇਂ ਕ੍ਰੀਮੀਆ ਹੋਇਆ ਸੀ ਤਾਂ ਉਹ ਵੱਖਰੇ ਉਹਦੇ ਚ ਜਿਹੜੀ ਸਪੋਰਟ ਕਰ ਰਿਹਾ ਉਹ ਰਸ਼ੀਆ ਕਰ ਰਿਹਾ ਹੈ ਕਿਉਂਕਿ ਉੱਥੇ ਰਸ਼ੀਅਨ ਲੈਂਗੁਏਜ ਬੋਲੀ ਜਾਂਦੀ ਹੈ ਸਾਊਥ ਤੇ ਈਸਟ ਦੇ ਵਿੱਚ ਜੀ ਯੂਕਰੇਨ ਗਵਰਨਮੈਂਟ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਇਸ ਕਰਕੇ ਉਹ ਮੂਵਮੈਂਟ ਨੂੰ ਸਪੋਰਟ ਕਰਦਾ ਰਸ਼ੀਆ ਹੁਣ ਜਿੰਨਾ ਵੀ ਵੈਸਟਰਨ ਵਰਡ ਆ ਅਮਰੀਕਾ ਜਾਂ ਵੈਸਟਰਨ ਕੰਟਰੀ ਜਾਂ ਨੈਟੋ ਦੇ ਕੰਟਰੀ ਇਹ ਕਹਿੰਦੇ ਨੇ ਕਿ ਉਹਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਰੂਸ ਨੂੰ ਮੈਨੂੰ ਇਹ ਰੋਕਰ ਨੂੰ ਤਾਂ ਰੋਕਣਾ ਚਾਹੀਦਾ ਇੱਕ ਦੋ ਸੰਧੀਆਂ ਵੀ ਹੋਈਆਂ ਮਿੰਸਕ ਵਨ ਮਿੰਸਕ ਟੂ ਉਹਨਾਂ ਦੇ ਨਾਮ ਦਿੱਤੇ ਗਏ ਜਿਨ੍ਹਾਂ ਸੰਧੀਆਂ ਦੇ ਅਧੀਨ ਰੂਸ ਵਾਲੇ ਕਹਿੰਦੇ ਸੀ ਕਿ ਅਸੀਂ ਉੱਥੇ ਇੰਟਰਫੇਅਰ ਨਹੀਂ ਕਰਾਂਗੇ ਯੂਕਰੇਨ ਦੀ ਗਵਰਨਮੈਂਟ ਉੱਥੇ ਇੰਡੀਪੈਂਡੈਂਟ ਸਰਕਾਰਾਂ ਸਥਾਪਿਤ ਕਰ ਦੇਵੇ ਇਲੈਕਸ਼ਨ ਜੀ ਕਰਾ ਦੇਵੇ ਉਹ ਸਮਝੌਤੇ ਲਾਗੂ ਨਹੀਂ ਹੋਏ ਅਜੇ ਤੱਕ ਕਦੇ ਵੀ ਤਾਂ ਹੁਣ ਕੈਨੇਡਾ ਇਹ ਕਹਿੰਦਾ ਹੈ ਕਿ ਇੱਕ ਤਾਂ ਜਿਹੜਾ ਮਿੰਸਕ ਐਗਰੀਮੈਂਟ ਹੈ ਜਿਹੜਾ ਉਹ ਨੂੰ ਲਾਗੂ ਨਹੀਂ ਕਰ ਰਿਹਾ ਰੂਸ ਅਸੀਂ ਇਸ ਕਰਕੇ ਰੋਕਾਂ ਲਾਈਆਂ ਨੇ ਦੂਜਾ ਕ੍ਰੀਮੀਆਂ ਦੇ ਉੱਤੇ ਜਿਹੜਾ ਇਹਦਾ ਕੰਟਰੋਲ ਕੀਤਾ ਹੋਇਆ ਸੀ ਉਹ ਵੀ ਇਲੀਗਲ ਹੈ ਇਸ ਕਰਕੇ ਵੀ ਅਸੀਂ ਰੋਕਾਂ ਲਾਈਆਂ ਨੇ ਸੋ ਇਹ ਦੋ ਵੱਡੇ ਰੀਜਨ ਨੇ ਇੱਕ ਤੇ ਤੀਜੀ ਗੱਲ ਇਹਦੇ 'ਚ ਇਹ ਹੈ ਕਿਉਂਕਿ ਕੈਨੇਡਾ ਨਾਟੋ ਦਾ ਮੈਂਬਰ ਹੈ ਜੀ and North Atlantic Treaty Organization ਜਿਹੜੀ ਪੁਰਾਣੇ ਰੂਪ ਦੇ ਵਿੱਚ ਤਾਂ ਚਲੋ ਕਾਮਰਸ ਦੇਸ਼ਾਂ ਨੂੰ ਰੋਕਣ ਲਈ ਬਣਾਈ ਗਈ ਸੀ ਤੇ ਅਮਰੀਕਾ ਉਹਦਾ ਮੇਨ ਲੀਡਰ ਹੈ ਇਹ ਇੱਕ ਪੱਖਾ ਕਿ ਅਸੀਂ ਸ਼ਾਇਦ ਉਹਦੇ ਕਰਕੇ ਲਾਈਆਂ ਨੇ ਪਰ ਦੂਜੀ ਗੱਲ ਇਹ ਜੇ ਆਪਾਂ ਐਨਾਲਿਟਿਕਲੀ ਦੇਖੀਏ ਕਿ ਕੈਨੇਡਾ ਨੂੰ ਏਡੀ ਵੱਡੀ ਕੀ ਲੋਡ ਪੈ ਗਈ ਸੀ ਇਹਨੂੰ ਥੋੜਾ ਜਿਹਾ ਹੋਰ ਡੀਕ ਲੈਂਦੇ ਸਾਨੂੰ ਦਿਖਾਈ ਦੇ ਰਿਹਾ ਹੈ ਕਿ ਜਿਹੜਾ 트ੰਪ ਹੈ ਉਹ ਪੂਤਨ ਦੇ ਨੇੜੇ ਜਾ ਰਿਹਾ ਹੈ ਰਸ਼ੀਆ ਤੇ ਅਮਰੀਕਾ ਦੇ ਸਬੰਧ ਸੁਧਰਨ ਦੀ ਪੋਜੀਸ਼ਨ ਦੇ ਵਿੱਚ ਨੇ ਜੇ ਅਜੇ ਰੋਕਾਂ ਲਾਈਆਂ ਗਈਆਂ ਨੇ ਰਸ਼ੀਆ ਦੇ ਉੱਤੇ ਆਉਣ ਵਾਲੇ ਸਮੇਂ 'ਚ 트ੰਪ ਕਿਤੇ ਕੈਨੇਡਾ ਨਾਲ ਨਾਰਾਜ਼ ਤਾਂ ਨਹੀਂ ਹੋ ਜਾਊਗਾ ਜੇ 트ੰਪ ਨਾਰਾਜ਼ ਹੋ ਜਾਂਦਾ ਤਾਂ ਕੈਨੇਡਾ ਨੂੰ ਇਕਨੋਮਿਕਲੀ ਜਾਂ ਪੋਲੀਟਿਕਲੀ ਕੋਈ ਨੁਕਸਾਨ ਤਾਂ ਨਹੀਂ ਚੱਲਣਾ ਪੈ ਸਕਦਾ ਸੋ ਇਹ ਗੱਲਾਂ ਥੋੜੀਆਂ ਜਿਹਾ ਸੋਚਣ ਵਾਲੀਆਂ ਸੀ ਤਾਂ ਇਹਨਾਂ ਨੇ ਕੀਤਾ ਚੁੱਪਚੀ ਬੀਤੀ ਹੈ ਨਵੰਬਰ 28 ਨੂੰ ਕੈਬਨਿਟ ਨੇ ਚੁੱਪਚੀ ਪੀਤੇ ਫੈਸਲਾ ਕਰ ਲਿਆ ਇਹ ਚ ਅੜਿੱਕੇ ਕੀਤੀ ਜਾ ਸਕਦੀ ਸੀ ਮੇਰੇ ਹਿਸਾਬ ਦੇ ਨਾਲ ਜਿਹੜੀ ਕਿ ਇਹਨਾਂ ਨੇ ਨਹੀਂ ਕੀਤੀ ਸੋ ਇਹ ਇੱਕ ਕਾਰਨ ਇਸ ਤਰ੍ਹਾਂ ਦੇ ਕੁਝ ਕਾਰਨ ਬਣੇ ਜਿਹਦੇ ਕਰਕੇ ਕੈਨੇਡਾ ਨੇ ਇਹਨਾਂ 15 ਵਿਅਕਤੀਆਂ ਤੇ ਰੋਕ ਲਾਈ ਜੀ ਡਾਕਟਰ ਸਾਹਿਬ ਜਦੋਂ ਟਰੂਡੋ ਦੀ ਸਰਕਾਰ ਬਣੀ ਸੀ ਤੇ ਪੁੱਤ ਨੇ ਇੱਛਾ ਜਤਾਈ ਸੀ ਕਿ ਕੈਨੇਡਾ ਨਾਲ ਸਬੰਧ ਵਧਿਆ ਹੋਣਗੇ ਪਰ ਹੁਣ ਇਹ ਜਿਹੜਾ ਇਹਨਾਂ ਨੇ ਲਾਏ ਨੇ ਇਹਨਾਂ ਦੇ ਰੂਸੀ ਅਧਿਕਾਰੀਆਂ ਦੇ ਉੱਤੇ ਤੇ ਇਸ ਨਾਲ ਹੁਣ ਕੈਨੇਡਾ ਤੇ ਰੂਸ ਦੇ ਸਬੰਧਾਂ ਤੇ ਕਿਸ ਤਰ੍ਹਾਂ ਦਾ ਫਰਕ ਪਵੇਗਾ ਹਾਂ ਇਹ ਸਬੰਧਾਂ ਤੇ ਜਿਹੜਾ ਅਸਰ ਹੈ ਉਹ ਦਿਖਾਈ ਦੇਣ ਲੱਗ ਪਿਆ ਰੂਸ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਜਿਹੜੀਆਂ ਇਹ ਪਾਬੰਦੀਆਂ ਲਾਈਆਂ ਨੇ ਸੈਂਕਸ਼ਨ ਜਲਾਈਆਂ ਨੇ ਇਹਨਾਂ ਦੀ ਲੋੜ ਨਹੀਂ ਸੀ ਇਹ ਅਨਫ੍ਰੈਂਡਲੀ ਐਕਟ ਹੈ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਕਿ ਕੋਈ ਦੋਸਤਾਨਾ ਕਾਰਵਾਈ ਨਹੀਂ ਹੈਗੀ ਇਹਦਾ ਭਾਵ ਸਾਡੀ ਦੋਸਤੀ ਦੇ ਵਿੱਚ ਤਰੇੜਾ ਆਉਣ ਵਾਲੀਆਂ ਗੱਲਾਂ ਪੋਸਿਬਿਲਟੀ ਬਣ ਰਹੀ ਹੈ ਦੋਸਤੀ ਪਹਿਲਾਂ ਵੀ ਨਹੀਂ ਰਹੀ ਕੋਈ ਵੱਡੇ ਪੱਧਰ ਤੇ ਕਦੇ ਨਹੀਂ ਰਹੀ ਕਿਉਂਕਿ ਦੋਨੇ ਵੱਖਰੇ ਗਰੁੱਪਾਂ ਦੇ ਵਿੱਚ ਰਹੇ ਪਰ ਕਿਉਂਕਿ ਜਦੋਂ ਟਰੂਡੋ ਆਇਆ ਸੀ ਜਿਵੇਂ ਤੁਸੀਂ ਕਿਹਾ ਕਿ ਪੂਤਨ ਨੇ ਉਦੋਂ ਵੀ ਕਿਹਾ ਸੀ ਟਰੂਡੋ ਨੇ ਵੀ ਕਿਹਾ ਸੀ ਕਿ ਅਸੀਂ ਕੰਸਟਰਕਟਿਵ ਰਿਲੇਸ਼ਨ ਜੇ ਦੋਨਾਂ ਦੇਸ਼ਾਂ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰਾਂਗੇ ਪੋਸਿ ਯੂਕਰੇਨ ਨੇ ਉਸ ਟਾਈਮ ਦੇ ਉੱਤੇ ਵਿਰੋਧ ਵੀ ਕੀਤਾ ਕਿ ਰੂਸ ਦੇ ਨੇੜੇ ਨਾ ਜਾਓ ਕੈਨੇਡਾ ਵਾਲਿਆਂ ਨੂੰ ਕਿਹੇ ਸੀ ਇਹ ਗੱਲ ਤਾਂ ਹੁਣ ਜਿਹੜੀ ਗੱਲ ਸਾਨੂੰ ਦਿਖਾਈ ਦੇ ਰਹੀ ਹੈ ਕਿ ਰੂਸ ਵਾਲਿਆਂ ਦੇ ਨਾਲ ਵਿਰੋਧ ਦਾ ਕੁਝ ਨੁਕਸਾਨ ਵੀ ਚਲਣਾ ਪੈ ਸਕਦਾ ਕੈਨੇਡਾ ਨੂੰ ਰੂਸ ਨੂੰ ਵੀ ਝਲਣਾ ਪੈ ਸਕਦਾ ਦੋਨਾਂ ਨੂੰ ਬੜਾ ਰੈਸਿਪਰੋਕਲ ਹੁੰਦਾ ਇਸ ਤਰ੍ਹਾਂ ਦੇ ਉੱਤੇ ਜਦੋਂ 2014 ਵਾਲੀਆਂ ਸੈਂਕਸ਼ਨ ਜਾਈਆਂ ਸੀ ਕੈਨੇਡਾ ਦਾ ਬਹੁਤ ਸਾਰਾ ਪੋਰਕ ਅਤੇ ਐਗਰੀਕਲਚਰਲ ਪ੍ਰੋਡਕਟਸ ਨੇ ਜਿਹੜੀਆਂ ਰੂਸ ਵਿੱਚ ਜਾਂਦੀਆਂ ਨੇ ਉਦੋਂ ਉਹਨਾਂ ਨੇ ਇੱਕ ਡਿਕਰੀ ਤੇ ਸਾਈਨ ਕਰ ਦਿੱਤੇ ਸੀ ਕਿ ਜਿਹੜੇ ਦੇਸ਼ ਸਾਡੇ ਤੇ ਰੋਕਾਂ ਲਾਉਣਗੇ ਅਸੀਂ ਉਹਨਾਂ ਤੋਂ ਐਗਰੀਕਲਚਰ ਪ੍ਰੋਡਕਟਸ ਨਹੀਂ ਮੰਗਾਵਾਂਗੇ ਉਹਨਾਂ 'ਚ ਇਹ ਕੈਨੇਡਾ ਵੀ ਸ਼ਾਮਲ ਸੀ ਠੀਕ ਹੈ ਹਾਲੇ ਉਹ ਪਾਬੰਦੀਆਂ ਲਾਗੂ ਨਹੀਂ ਕੀਤੀਆਂ ਉਹਨਾਂ ਨੇ ਹੁਣ ਲਾਗੂ ਕਰ ਸਕਦੇ ਨੇ 563 ਮਿਲੀਅਨ ਡਾਲਰਾਂ ਦਾ ਸਾਡੀਆਂ ਐਗਰੀਕਲਚਰ ਪ੍ਰੋਡਕਟਸ ਨੇ ਜਿਹੜੀਆਂ ਰਾ ਰੂਪ ਦੇ ਵਿੱਚ ਜਾਂ ਪੱਕੇ ਰੂਪ ਦੇ ਵਿੱਚ ਰੂਸ ਵਿੱਚ ਜਾਂਦੀਆਂ ਨੇ ਜਿਨ੍ਹਾਂ 'ਚ ਸਭ ਤੋਂ ਵੱਡਾ ਹਿੱਸਾ ਪੋਰਕ ਦਾ ਹੈ ਜੇ ਪੋਰਕ ਤੇ ਰੋਗ ਲੱਗ ਗਈ ਤਾਂ ਕੈਨੇਡਾ ਨੂੰ ਕਾਫੀ ਕਈ ਸੌ ਮਿਲੀਅਨ ਦਾ ਘਾਟਾ ਚਲਣਾ ਪੈ ਸਕਦਾ ਇੱਕ ਤਾਂ ਇਹ ਡਾਰੇ ਦੇ ਵਿੱਚ ਖੜਾ ਹੈ ਦੂਜਾ ਕੈਨੇਡਾ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਸਕਿਉਰਿਟੀ ਕੌਂਸਲ ਦਾ ਨੌਨ ਪਰਮਨੈਂਟ ਮੈਂਬਰ ਬਣਨਾ ਚਾਹੁੰਦਾ ਉਹ ਤਾਂ ਹੀ ਬਣੂਗਾ ਜੇ ਰੂਸ ਵਾਲੇ ਸਪੋਰਟ ਕਰਦੇ ਨੇ ਜੇ ਰੂਸ ਵਾਲਿਆਂ ਨੇ ਵੀਟੋ ਕਰ ਦਿੱਤਾ ਉਹ ਮੈਂਬਰ ਨਹੀਂ ਬਣੂਗਾ ਰੂਸ ਵਾਲਿਆਂ ਨੇ ਅੱਜ ਕਿਹਾ ਵੀ ਹੈ ਵੀ ਇਹਨਾਂ ਸਾਡੇ ਸਬੰਧਾਂ ਤੇ ਅਸਰ ਹੋ ਸਕਦਾ ਹੈ ਕੱਲ ਨੂੰ ਕਹਿੰਦੇ ਯੂਨੋ ਦੇ ਵਿੱਚ ਇਹਨੇ ਆਉਣਾ ਆਪਣਾ ਮਤਾਂ ਲੈ ਕੇ ਕਿ ਸਕਿਉਰਿਟੀ ਕੌਂਸਲ ਦੇ ਵਿੱਚ ਅਸੀਂ ਆਉਣਾ ਚਾਹੁੰਦੇ ਆ ਤਾਂ ਅਸੀਂ ਵਿਰੋਧ ਕਰ ਸਕਦੇ ਆ ਉੱਥੇ ਇਹਦਾ ਭਾਵ ਦੋਨਾਂ ਦੇਸ਼ਾਂ ਦੇ ਇਸ ਤਰ੍ਹਾਂ ਦੇ ਜਿਹੜੇ ਸਬੰਧ ਨੇ ਇਕਨੋਮਿਕ ਪੱਧਰ ਦੇ ਉੱਤੇ ਵੀ ਪੋਲੀਟੀਕਲ ਪਦਰ ਦੇ ਉੱਤੇ ਵੀ ਇੰਟਰਨੈਸ਼ਨਲ ਪਦਰ ਦੇ ਉੱਤੇ ਵੀ ਕੁਝ ਵਿਗਾਰ ਵਾਲੀ ਪੋਜੀਸ਼ਨ ਦੇ ਵਿੱਚ ਜਾ ਸਕਦਾ ਹੈ ਬਿਲਕੁਲ ਸਬਹੁਤ ਹੀ ਕੰਸਟਰਕਟਿਵ ਗੱਲ ਨਹੀਂ ਹੋਈ ਐ ਸਿਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਵੇਸੀ ਅੱਜ ਦਾ ਮੁੱਦਾ ਕੱਲ ਨੂੰ ਇੱਕ ਨਵਾਂ ਮੁੱਦਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ ਜੀ